ਸਾਲ 2022 ਦੇ ਸ਼ੁਰੂ ਹੋਣ ਦੇ ਨਾਲ ਹੀ ਪੇਰੈਂਟਸ ਤੇ ਗ੍ਰੈਂਡਪੇਰੈਂਟਸ ਇਮੀਗ੍ਰੇਸ਼ਨ ਕੈਟਾਗਰੀ ਦੇ ਐਪਲੀਕੈਂਟਸ ਬੜੀ ਉਤਸੁਕਤਾ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਇਹ ਕੈਟਾਗਰੀ ਖੁੱਲੇਗੀ ਔਰ ਕਦੋਂ ਉਹ ਆਪਣੇ ਚਾਹਣ ਵਾਲੇ ਆਪਣੇ ਪੇਰੈਂਟਸ ਦੀ ਜਿਹੜੀ ਐਪਲੀਕੇਸ਼ਨਸ ਨੇ ਆਫਰ ਤੋਂ ਲਾ ਸਕਣਗੇ ਅੱਜ ਖਬਰ ਆਈ ਕਿ ਸ਼ਾਨ ਫਰੇਜ਼ਰ ਜਿਹੜੇ ਕੈਨੇਡਾ ਦੇ ਇਮੀਗ੍ਰੇਸ਼ਨ ਮਨਿਸਟਰ ਨੇ ਉਹ ਮੰਡੇ ਸਵੇਰ ਨੂੰ ਇੱਕ ਪ੍ਰੈਸ ਕਾਨਫਰੰਸ ਰਾਹੀਂ ਇਸ ਕੈਟਾਗਰੀ ਬਾਰੇ ਔਰ ਦੂਸਰੀ ਇਮੀਗ੍ਰੇਸ਼ਨ categories ਬਾਰੇ ਇੱਕ ਨਵੇਂ process ਦੀ ਇਨਫੋਰਮੇਸ਼ਨ ਜਾਰੀ ਕਰਨਗੇ ਕਿ ਕੈਨੇਡਾ ਦੀ ਫੈਡਰਲ ਸਰਕਾਰ ਕੀ ਨਵਾਂ process ਲੈ ਕੇ ਆ ਰਹੀ ਆ ਅਸੀਂ ਇਸ ਬਾਰੇ CWC ਇਮੀਗ੍ਰੇਸ਼ਨ ਦੇ ਅਮਨ ਖਹਿਰਾ ਹੋਣਾ ਦੇ ਨਾਲ ਖਾਸ ਗੱਲਬਾਤ ਕੀਤੀ ਪੇਸ਼ ਹੈ ਇੱਕ ਰਿਪੋਰਟ ਇਮੀਗ੍ਰੇਸ਼ਨ ਦੀ ਜਿਹੜੀ ਹੁਣ ਅਨਾਉਂਸਮੈਂਟ ਇਮੀਗ੍ਰੇਸ਼ਨ ਮਨਿਸਟਰ ਵੱਲੋਂ ਜਿਹੜੀ ਮੰਡੇ ਨੂੰ ਪ੍ਰੈਸ ਕਾਨਫਰੰਸ ਹੋ ਰਹੀ ਆ ਉਹਦੇ ਵਿੱਚ ਤੁਸੀਂ ਕੀ ਸੋਚ ਰਹੇ ਹੋ ਕਿ ਤੁਹਾਡੀ ਹੋਪ ਹੈ ਕਿਹੜੇ issues ਜਿਹੜੇ ਆ ਉਹ ਅਡਰੈਸ ਕੀਤੇ ਜਾਣਗੇ ਜੀ ਬਿਲਕੁਲ ਜਿਹੜੀ ਸਰਕਾਰ ਨੇ ਅਨਾਉਂਸਮੈਂਟ ਕਰਨੀ ਹੈ ਉਹਦਾ ਦਾਇਰਾ ਤਾਂ ਸਭ ਤੋਂ بڑا ਜਿਹੜਾ ਬਰਨਿੰਗ ਇਸ਼ੂ ਹੈਗਾ ਉਹ ਪ੍ਰੋਸੈਸਿੰਗ ਟਾਈਮਸ ਨੂੰ ਲੈ ਕੇ ਆ ਹਮਮ ਆ ਕਿਉਂਕਿ ਗਵਰਨਮੈਂਟ ਨੇ ਜਿਹੜਾ ਇਨਫਲੋ ਆਫ ਅਪਲੀਕੇਸ਼ਨਸ ਯੂ ਨੂੰ ਖੋਲਿਆ ਸੀ ਆ ਕੋਵਿਡ ਦਾ ਸਰਕਾਰ ਨੇ ਰੀਜ਼ਨ ਦਿੱਤਾ ਵੀ ਕੋਵਿਡ ਕਰਕੇ ਕੁਝ ਅਨਪ੍ਰੈਸੀਡੈਂਟ ਪ੍ਰੈਸੀਡੈਂਟਲ ਡਿਲੇਸ ਹੈਗੀਆਂ ਜਿਹੜੀਆਂ ਅ ਅਸਿਊਮ ਨਹੀਂ ਕੀਤੀਆਂ ਸੀ ਸਰਕਾਰ ਨੇ ਹੋਣਗੀਆਂ ਬਟ ਹੋ ਚੁੱਕੀਆਂ ਨੇ ਸੋ ਸਰਕਾਰ ਦੇ ਲਈ ਸਭ ਤੋਂ بڑا ਚੈਲੰਜ ਹੈਗਾ ਪ੍ਰੋਸੈਸਿੰਗ ਡਿਲੇ ਨੂੰ ਕਿਵੇਂ ਕਾਊਂਟਰ ਕਰਨਾ ਸੋਦੇ ਲਈ ਆਲਰੇਡੀ ਪਬਲਿਕੇਸ਼ਨ ਆ ਚੁੱਕੀ ਹੈ ਵੈਬਸਾਈਟ ਦੇ ਉੱਤੇ ਵੀ ਪਾ ਚੁੱਕੇ ਨੇ ਉਹ ਵੀ ਉਹਨੂੰ ਕਾਊਂਟਰ ਕਰਨ ਲਈ ਸਰਕਾਰ ਜਿਹੜਾ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਸਹਾਰਾ ਲੈ ਕੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਉੱਪਰ ਹੀ ਡਿਪੈਂਡ ਹੋਏਗਾ ਹੁਣ ਕਿ ਐਪਲੀਕੇਸ਼ਨਸ ਕਿਵੇਂ ਪ੍ਰੋਸੈਸ ਹੁੰਦੀਆਂ ਪਰ ਹੁਣ ਜੇ ਆਪਾਂ ਪੇਰੈਂਟਸ ਦੀ ਐਪਲੀਕੇਸ਼ਨ ਪ੍ਰੋਸੈਸ ਨੂੰ ਦੇਖੀਏ ਉਹਦੇ ਵਿੱਚ ਆਲਰੇਡੀ ਆਰਟੀਫੀਸ਼ੀਅਲ ਇੰਟੈਲੀਜੈਂਸ ਕੀ ਯੂਜ਼ ਨਹੀਂ ਹੋ ਰਹੀ ਜੀ ਪੇਰੈਂਟਸ ਦੀ ਜਿਹੜੀ ਐਪਲੀਕੇਸ਼ਨ ਉਹਨੂੰ ਚੈਰੀ ਪਿਕ ਕੀਤਾ ਜਾਂਦਾ ਹਮ ਹੁਣ ਜਿਹੜੀ ਚੈਰੀ ਪਿਕਿੰਗ ਹੈ ਉਹ ਰੈਂਡਮ ਬੇਸਿਸ ਤੇ ਕੀਤੀ ਜਾਂਦੀ ਹੈ ਉਹਨੂੰ ਲੋਟਰੀ ਸਿਸਟਮ ਇਨਡਾਇਰੈਕਟਲੀ ਇਸ ਲਈ ਵਰਡ ਯੂਜ਼ ਕੀਤਾ ਜਾਂਦਾ इवन दो ਗਵਰਨਮੈਂਟ ਨੂੰ ਕਹਿੰਦੀ ਹੈ ਵੀ ਲੋਟਰੀ ਸਿਸਟਮ ਨਾ ਕਿਹਾ ਜਾਵੇ ਬਟ ਉਹ ਲੋਟਰੀ ਸਿਸਟਮ ਹੀ ਬਣ ਜਾਂਦਾ ਜਦੋਂ ਤੁਸੀਂ ਪੂਲ ਆਫ ਅਪਲੀਕੇਸ਼ਨ ਦੇ ਵਿੱਚੋਂ ਚੈਰੀ ਪਿਕ ਕਰਦੇ ਹੋ ਅਪਲੀਕੇਸ਼ਨ ਨਾਉ ਇਹਦੇ ਵਿੱਚ ਵੀ ਬਿਲਕੁਲ ਰੈਂਡਮ ਪਿਕਿੰਗ 'ਚ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ ਯੂਜ਼ ਹੁੰਦੀ ਹੈ ਯੈਸ ਬਟ ਇਹਦੇ 'ਚ ਕੋਈ ਸਰਕਾਰ ਪ੍ਰੈਫਰੈਂਸ ਨਹੀਂ ਦਿੰਦੀ ਜਿਹੜੇ ਇੰਡੀਵਿਜੂਅਲ 10 ਬਾਰ ਜਾਂ 6 ਬਾਰ ਜਾਂ 7 ਬਾਰ ਪਹਿਲਾਂ ਫੇਲ ਹੋ ਚੁੱਕੇ ਨੇ ਲਾਟਰੀ ਦੇ ਵਿੱਚ ਐਪਲੀਕੇਸ਼ਨ ਪਾ ਕੇ ਉਹਨਾਂ ਨੂੰ ਕੋਈ ਪ੍ਰੀਫਰੈਂਸ ਨਹੀਂ ਹੈ ਵੀ ਸਿਸਟਮ ਜਿਹੜੀ ਇਹ ਜੀ ਐਪਲੀਕੇਸ਼ਨ ਹੈ ਜਿਹੜੀ 4 ਜਾਂ 5 ਵਾਰ ਲੱਗ ਚੁੱਕੀ ਹੈ ਉਹਨੂੰ ਕੋਈ ਪ੍ਰੀਫਰੈਂਸ ਦੇਵੇ ਤਾਂ ਉਹਦਾ ਲਾਟਰੀ ਸਿਸਟਮ 'ਚ ਕੋਈ ਕੋਟਾ ਜਾਂ ਕੋਈ ਕੈਪ ਰੱਖਿਆ ਹੋਵੇ ਤੇ ਉਹਨਾਂ ਨੂੰ ਪਿੱਕ ਕੀਤਾ ਜਾ ਸਕੇ ਇਹੋ ਜਿਹਾ ਕੁਝ ਨਹੀਂ ਹੈ ਸੋ ਇੱਕ ਇੰਡੀਪੈਂਡੈਂਟ ਜਿਵੇਂ ਤੁਸੀਂ ਐਪਲੀਕੇਸ਼ਨ ਦਾਇਰ ਕੀਤੀ ਤੋਂ ਇੰਡੀਪੈਂਡੈਂਟਲੀ ਕੰਪਿਊਟਰ ਨੇ ਉਸ ਪੂਲ ਦੇ ਵਿੱਚੋਂ ਜਿਹੜੀਆਂ ਚੈਰੀ ਪਿਕ ਕਰਨੀ ਨੇ ਐਪਲੀਕੇਸ਼ਨ ਜਿਹੜੇ ਵੀ ਨੰਬਰ ਜਿਹੜੇ ਸਰਕਾਰ ਨਿਕਲੇ ਹੁੰਦੇ ਨੇ ਚੈਰੀ ਪਿਕ ਹੋਣ ਤੋਂ ਬਾਅਦ ਸਰਕਾਰ ਉਹਨਾਂ ਨੂੰ ਇਨਵੀਟੇਸ਼ਨ ਜਿਹੜੀ ਆ ਦਿੰਦੀ ਹੈ ਜਿਹਦੇ ਕਰਕੇ ਉਹ ਐਪਲੀਕੇਸ਼ਨਾਂ ਲੋਕ ਫਾਈਲ ਕਰਦੇ ਨੇ ਉਹ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਦੀ ਗੱਲ ਕੁਝ ਕਰਦੇ ਮੈਂ ਉਹਨੂੰ ਕਹਿੰਦਾ ਨਾ ਫੈਮਿਲੀ ਰੀ ਜੁਨੀਫਿਕੇਸ਼ਨ ਕਹਿੰਦਾ ਗ੍ਰੈਂਡਪੇਰੈਂਟਸ ਦਾ ਬਹੁਤ ਘਾਟ ਆਉਂਦੇ ਆ मोस्टली ਜਿਹੜੇ ਪੇਰੈਂਟਸ ਹੈਗੇ ਨੇ ਉਹਦੇ ਵਿੱਚ ਮੇਰਾ ਮਿਨਿਸਟਰ ਦੇ ਨਾਲ ਪਿਛਲੀ ਜਦੋਂ ਪਾਰਲੀਮੈਂਟ ਸੀ ਉਹਦੇ ਵਿੱਚ ਮੈਂ ਇੱਕੋ ਹੀ ਗੱਲ ਕਹਿ ਰਿਹਾ ਸੀ ਵੀ ਫਰਸਟ ਕਮ ਫਰਸਟ ਸਰਵ ਕਰੋ ਸਾਰੀਆਂ ਐਪਲੀਕੇਸ਼ਨਸ ਲੈ ਲਓ ਤੇ ਉਹਦੇ ਵਿੱਚ ਮਾਰ ਕਰਦੇ ਹੋ ਜੇ ਕਿਸੇ ਨੂੰ ਉਦੋਂ ਦਾ ਟਾਈਮ ਲਾਈਨ ਦੇਖੋ ਇਹ ਆ ਵੀ ਪ੍ਰੋਸੈਸ ਤੁਸੀਂ 30000 ਕਰੋ ਪਰ ਐਟ ਲੀਸਟ ਅਗਲੇ ਤੇ ਲਾਈਨਸ ਤੇ ਲੱਗ ਜਾਣ ਹੂੰ ਸੋ ਉਹ ਚੀਜ਼ ਜਿਹੜੀ ਸੀ ਕਿ ਕਿਉਂਕਿ ਉੱਥੇ ਤਾਂ ਅਸੀਂ ਸਿਰੇ ਨਹੀਂ ਚੜੀ ਦੇਖੋ ਗੱਲ ਪਰ ਮੈਂ ਉਹਨਾਂ ਦੇ ਨਾਲ ਇੱਕ ਚੀਜ਼ ਜਿਹੜੀ ਸੀਗੀ ਇਵੈਂਚੁਅਲੀ ਉਹ ਕਹਿੰਦੇ ਮੈਂ ਉਹ ਕਮੇਟੀ ਦੇ ਨਾਲ ਜਿਹੜੀ ਉਹਨਾਂ ਦੇ ਨਾਲ ਮੈਂ ਕੰਪਰੋਮਾਈਜ਼ ਕਰੀ ਸੀਗੀ ਉਹ ਕਹਿਆ ਸੀ ਵੀ ਚਲੋ ਜੇ 30000 ਐਪਲੀਕੇਸ਼ਨਾਂ ਲੈਣੀਆਂ ਵੀ ਹੁਣ ਨਵੀਂ ਐਪਲੀਕੇਸ਼ਨ ਆਪਿ ਇਸਲੇ ਸਾਲ ਲਓ ਬਿਓ ਪੁਰਾਣੇ ਜੋ ਚੱਕ ਲਓ ਹੂੰ ਹੂੰ ਠੀਕ ਹੈ ਨਾ ਹੁਣ ਉਹ ਪੁਰਾਣੇ ਚੱਕਿਆ ਐਟ ਲੀਸਟ ਇਹ ਤਾਂ ਹੋ ਨਹੀਂ ਤਾਂ ਕੀ ਗੱਲ ਕਰਦੇ ਸੀ ਲੋਕ ਕਹਿੰਦੇ ਉਹ ਜੀ ਸਾਡਾ ਤਾਂ ਅਸੀਂ ਪਿਛਲੇ ਸਾਲ ਪਾਈਆ ਸਾਡਾ ਨੰਬਰ ਨਹੀਂ ਆਇਆ ਐਸਪੀ ਆਣੇ ਦਾ ਗਿਆ ਪਰ ਉਹ ਅਸੀਂ ਸਦਾ ਵੀ ਇਹ ਕੰਮ ਨਹੀਂ ਨਾ ਕਰ ਸਕਦੇ ਹੂੰ ਤੁਸੀਂ ਸਭ ਇਹ ਵੀ ਹੋਣਾ ਨਵੀਆਂ ਲੈਣੀਆਂ ਹੀ ਬੰਦ ਕਰ ਦਈਏ ਫਿਰ ਅਸੀਂ ਕਿਸ ਤਰੀਕੇ ਨਾਲ ਜਿਹੜਾ ਟੈਲੈਂਟ ਆ ਉਹਨੂੰ ਖਿੱਚ ਕੇ ਲੈ ਕੇ ਆਵਾਂਗੇ ਹੂੰ ਸਾਨੂੰ ਐਪਲੀਕੇਸ਼ਨ ਤਾਂ ਨਵੀਆਂ ਲੈਣੀਆਂ ਪੈਣੀਆਂ ਪਰ ਮੇਰੀ ਐਡਵੋਕੇਸੀ ਜਿਹੜੀ ਹੈਗੀ ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਫਰਸਟ ਕਮ ਫਰਸਟ ਸਰ ਬੜੀਆ ਪੇਰੈਂਟਸ ਦਾ ਜਿਹੜਾ ਮੇਨ ਪ੍ਰੋਬਲਮ ਹੈਗੀ ਉਹ ਹੈਗੀ ਇਹ ਵੀ ਜਦੋਂ ਇਹ ਸਾਰਾ ਡਿਜ਼ਾਈਨ ਕੀਤਾ ਸਰਕਾਰ ਨੇ ਪ੍ਰੋਗਰਾਮ ਆ ਉਹਦੇ ਚ ਸਰਕਾਰ ਨੇ ਇਹ ਨਹੀਂ ਦੇਖਿਆ ਵੀ ਜਿਵੇਂ ਇੱਕ ਇੱਕ ਸਰਕਾਰ ਦੇ ਉੱਤੇ ਇੱਕ ਦਾਇਰਾ ਲੱਗਿਆ ਹੋਇਆ ਵੀ ਉਹ ਕਿੰਨੇ ਨਿਊ ਇਮੀਗ੍ਰੈਂਟਸ ਬੁਲਾ ਸਕਦੀ ਹੈ which is 1% proportional to the total Canadian population ਜਿਵੇਂ ਕੈਨੇਡਾ ਦੀ ਪੋਪੂਲੇਸ਼ਨ ਵੱਧਦੀ ਜਾਊਗੀ ਉਸੇ proportional ਹਿਸਾਬ ਨਾਲ 1% ਦੇ ਹਿਸਾਬ ਨਾਲ ਸਰਕਾਰ ਕੈਪ ਨਿਸ਼ਚਿਤ ਕਰੂ ਇਸ ਸਾਲ ਸਰਕਾਰ ਨੇ ਕਿਹਾ ਵੀ 411000 ਇੰਡੀਵਿਜੂਅਲਸ ਨੂੰ ਸੀ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਦਵਾਂਗੇ ਜੋ 60% ਇਕਨੋਮਿਕ ਕੈਟੇਗਰੀ ਹੈ ਐਂਡ 40% ਨਾਨ ਇਕਨੋਮਿਕ ਕੈਟੇਗਰੀ ਹੈ ਜਿਦੇ ਵਿੱਚ ਪੇਰੈਂਟਸ ਗ੍ਰੈਂਡਪੇਰੈਂਟਸ ਯਾ ਤੁਹਾਡੇ ਜਿਹੜੇ ਹਿਊਮਨਿਟੇਰੀਅਨ ਕੇਸਿਸ ਨੇ ਰਿਫਿਊਜੀਸ ਆਲਮ ਦੇ ਕੇਸਿਸ ਨੇ ਇਹ ਸਾਰੇ ਇੰਡੀਵਿਜੂਅਲਸ ਉਸ ਕੈਟਾਗਰੀ ਦੇ ਥਰੂ ਇਮੀਗ੍ਰੇਸ਼ਨ ਲੈਂਦੇ ਆ ਇਹਨਾਂ ਤੁਹਾਡੇ ਦਰਸ਼ਕਾਂ ਨੂੰ ਵੀ ਕਿ ਪਲੀਜ਼ ਇਹ ਲਿਖੋ ਆਪਣੇ ਮਿਨਿਸਟਰ ਨੂੰ ਆਪਣੇ ਮੈਂਬਰਸ ਆ ਪਾਰਲੀਮੈਂਟ ਨੂੰ ਕਿ ਕੀ ਤੁਸੀਂ ਚਾਹੁੰਦੇ ਜਿਹੜੀ ਪੇਰੈਂਟਸ ਵਾਲੀ ਕਲਾਸ ਆ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਵੀ ਸਾਡੀ ਇਨਪੁਟ ਕੀ ਆ ਫਿਰ ਉਸ ਹੱਬ ਦੇ ਨਾਲ ਜਿਹੜਾ ਕੋਈ ਨਾ ਕੋਈ ਡਿਸੀਜਨ ਲਿਆ ਜਾਵੇ ਅੱਜ ਜੇ ਉਹਨਾਂ ਨੇ ਡਿਸੀਜਨ ਲੈਣਾ ਬੜਾ ਸਿੰਪਲ ਆ ਦਸ ਜਰ ਉਹਨਾਂ ਨੇ ਪ੍ਰੋਮਿਸ ਕੀਤੀ ਸੀ ਜੀ 20 ਉਦੋਂ ਬਾਅਦ ਅੱਜ 10000 ਐਪਲੀਕੇਸ਼ਨ ਲੈ ਲਏ ਪਰ ਉਹ ਬਜਾਏ ਉਸਦੇ ਵੀ ਅਸੀਂ 10000 ਲਈਏ ਕੋਈ ਉਹ ਸਾਨੂੰ ਭੇਜਣ ਲੋਕ ਲਿਖ ਕੇ ਤਾਂ ਕਿ ਅਸੀਂ ਅੱਗੇ ਜਿਹੜਾ ਇਹਨੂੰ ਲੈ ਕੇ ਜਾਈਏ ਪਰ ਮੈਂ ਫਿਰ ਵੀ ਅੱਜ ਕਹਿੰਦਾ ਵੀ ਜੇ ਇਹਦਾ ਕੰਸਟਰਕਟਿਵ ਸੋਲੂਸ਼ਨ ਹੈਗਾ ਕੋਈ ਔਰ ਪਰਮਨੈਂਟ ਸੋਲੂਸ਼ਨ ਹੈਗਾ ਉਹ ਇਹ ਹੈਗਾ ਫਰਸਟ ਕਮ ਫਰਸਟ ਸਰਵ ਜੀ ਆਪਾਂ ਮਾਈਕਰੋਸਕੋਪਿਕ ਲੈਵਲ ਤੇ ਜਾ ਕੇ ਦੇਖੀਏ ਐਜ਼ ਐਨ ਇੰਡੀਵਿਜੂਅਲ ਸਰਕਾਰ ਜਿਹੜਾ ਅਨਾਉਂਸਮੈਂਟ ਮੰਡੇ ਨੂੰ ਕਰਨ ਵਾਲੀ ਆ ਉਹਦਾ ਇੱਕ ਇੰਡੀਵਿਜੂਅਲ ਲੈਵਲ ਤੇ ਇੱਕ ਇੰਡੀਵਿਜੂਅਲ ਐਪਲੀਕੈਂਟ ਨੂੰ ਕੀ ਫਰਕ ਪੈਣ ਵਾਲਾ ਸਕਿਲਡ ਵਰਕਰਸ ਹੋ ਗਏ ਇਨਵੈਸਟਰਸ ਹੋ ਗਏ ਜਿਹੜੇ ਇਕਨੋਮਿਕ ਬੈਨੀਫਿਟ ਦਿੰਦੇ ਨੇ ਕੈਨੇਡਾ ਨੂੰ ਇਹ ਮੈਂ ਗੱਲ ਕਰ ਰਿਹਾ ਜਿਹੜੇ ਪਰਮਨੈਂਟ ਨੇ ਸੋ ਸਰਕਾਰ ਜਦੋਂ ਇਹ ਅਨਾਉਂਸਮੈਂਟ ਕਰੇਗੀ ਈਵਨ ਦੋ ਪੀਐਮਓ ਆਫਿਸ ਜਿਹੜਾ ਸੀ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੇ ਇੱਕ ਰეკਮੈਂਡੇਸ਼ਨ ਲੈਟਰ ਰੀਲੀਜ਼ ਕੀਤੀ ਸੀ ਵੀ ਇਹਨਾਂ ਤੇ ਵਰਕ ਕੀਤਾ ਜਾਵੇ ਉਹੀ ਜੀ ਰਿਕਮੈਂਡੇਸ਼ਨ ਲੈਟਰ ਹਰ ਸਾਲ ਪੀਐਮ ਓਫਿਸ ਦੇ ਅੰਦਰ ਇਸ ਸਾਲ ਉਹ ਹਾਈਲਾਈਟ ਇਸ ਲਈ ਹੋ ਰਹੀ ਹੈ ਬਿਕੋਜ਼ ਫਰਸਟ੍ਰੇਸ਼ਨ ਵੱਧ ਰਹੀ ਹੈ ਪ੍ਰੋਸੈਸਿੰਗ ਟਾਈਮਸ ਨੂੰ ਲੈ ਕੇ ਲੋਕਾਂ ਚ ਫਰਸਟ੍ਰੇਸ਼ਨ ਵੱਧ ਰਹੀ ਹੈ ਜਿਹੜੀ ਇਕਨੋਮਿਕ ਕਲਾਸ ਦੀਆਂ ਅਪਲੀਕੇਸ਼ਨਸ ਨੇ ਸਰਕਾਰ ਨੇ ਇੱਕ ਪਾਇਲਟ ਪ੍ਰੋਗਰਾਮ ਦੇ ਤਹਿਤ ਜਿਹੜੇ ਇੰਡੀਵਿਜੂਅਲਸ ਕੈਨੇਡਾ ਦੇ ਆਏ ਸੀ ਉਹਨਾਂ ਨੂੰ ਇਮੀਗ੍ਰੇਸ਼ਨ ਦਿੱਤੀ ਜਿਹੜਾ ਕਿ ਚੰਗਾ ਕਦਮ ਹੈ ਬਟ ਐਟ ਅ ਸੇਮ ਟਾਈਮ ਉਹਨਾਂ ਨੇ ਉਹਨਾਂ ਨੂੰ ਇਗਨੋਰ ਕਰਤਾ ਜਿਹੜੇ ਆਲਰੇਡੀ ਪੂਲ ਦੇ ਵਿੱਚ ਵੇਟ ਕਰ ਰਹੇ ਹੁਣ ਜਿਹੜੇ ਡਰਾਜ਼ ਨੇ ਉਹ ਉਹ ਕੰਸਿਸਟੈਂਟਲੀ ਨਹੀਂ ਨਿਕਲ ਰਿਹਾ ਜਿਵੇਂ ਹਰ ਮਹੀਨਾ ਨਿਕਲਦੇ ਸੀ ਪਿਛਲੇ ਸਾਲ ਤੋਂ ਕਈ ਕੈਟਾਗਰੀਜ਼ ਦੇ ਉਹ ਡਰਾਸ ਜਿਹੜੇ ਨੇ ਬੰਦ ਨੇ ਔਰ ਨਵਾਂ ਡਰਾਕ ਹੋਇਆ ਨਹੀਂ ਹੈਗਾ ਤੋ ਇਹ ਪ੍ਰੈਸ਼ਰ ਜਿਹੜਾ ਬਣਦਾ ਜਾ ਰਿਹਾ ਸੂਟ ਲੋਕਾਂ ਨੂੰ ਜਿਹੜਾ ਕੈਨੇਡਾ ਦੇ ਵਿੱਚ ਬੁਲਾਇਆ ਜਾ ਰਿਹਾ ਟੈਂਪਰੀ ਟੌਰ ਤੇ ਚਾਹੇ ਉਹ ਵਰਕਰ ਨੇ ਜਾਂ ਸਟੂਡੈਂਟਸ ਨੇ ਸਟੂਡੈਂਟਸ ਤੋਂ ਪੈਸਾ ਇਕੱਠਾ ਕੀਤਾ ਜਾ ਰਿਹਾ ਪਰ ਉਹਨਾਂ ਨੂੰ ਇਮੀਗ੍ਰੇਸ਼ਨ ਜਦੋਂ ਦੇਣੀ ਹੈ ਉਹ ਇੱਕ ਅਨਸਰਟਿਟੀ ਬਣੀ ਹੋਈ ਹੈ ਸਰਕਾਰੇ ਜਰੂਰ ਕਹਿ ਰਹੀ ਹੈ ਵੀ ਅਸੀਂ ਸਟੂਡੈਂਟਸ ਲਈ ਇੱਕ ਨਵਾਂ ਹੋਰ ਪਾਇਲਟ ਲੈ ਕੇ ਆਵਾਂਗੇ ਵਰਕਰਸ ਲਈ ਇੱਕ ਹੋਰ ਪਾਇਲਟ ਲੈ ਕੇ ਆਵਾਂਗੇ ਪ੍ਰੀਫਰੈਂਸ ਉਹਨਾਂ ਨੂੰ ਦੋਗੇ ਜਿਹੜੇ ਕੈਨੇਡਾ 'ਚ ਆ ਹੋ ਸਕਦਾ ਇਹ ਅਨਾਉਂਸਮੈਂਟ ਦਾ ਹਿੱਸਾ ਹੋਣ ਪਰ ਸਰਕਾਰ ਨੂੰ ਇੱਕ ਕੈਪ ਜਰੂਰ ਰੱਖਣਾ ਪਊਗਾ ਉਹ ਇਹ ਨਹੀਂ ਹੈਗਾ ਵੀ ਹਰ ਕੈਨੇਡਾ 'ਚ ਆਇਆ ਵਿਅਕਤੀ ਇਮੀਗ੍ਰੇਸ਼ਨ ਲੈ ਸਕੇ ਬਿਕਾਜ਼ ਕੈਨੇਡਾ 'ਚ ਇੱਕ ਰੈਸਟ੍ਰਿਕਸ਼ਨ ਹੈ ਵੀ 1% ਤੋਂ ਵੱਧ ਨੂੰ ਇਮੀਗ੍ਰੇਸ਼ਨ ਦੇ ਹੀ ਨਹੀਂ ਸਕਦੇ ਜਿਹੜਾ ਪੇਰੈਂਟਸ ði ਲੋਟਰੀ ਸਿਸਟਮ ਆ ਜੀ ਉਹ ਦਾ ਉਸ ਉਸ ਵਾਸਤੇ ਇਸ ਸਾਲ ਕਿਸ਼ਤ ਵਾਲੇ ਲੋਕਾਂ ਨੂੰ ਉਮੀਦ ਰਹਿਣੀ ਚਾਹੀਦੀ ਕਿ ਸਰਕਾਰ ਕੋਈ ਨਵੀਂ ਡਿਕਲੇਰੇਸ਼ਨ ਇਸ ਸਾਲ ਦੇ ਵਾਸਤੇ ਕਰੇਗੀ ਕਦੋਂ ਕੋ ਪੀਰੀਅਡ ਹੋਏਗਾ ਕਿ ਮੰਡੇ ਵਾਲੀ ਅਨਾਉਂਸਮੈਂਟ ਦੇ ਵਿੱਚ ਉਹ ਵੀ ਐਕਸਪੈਕਟ ਕਰ ਸਕਦੇ ਕੁਝ ਜੀ ਬਿਲਕੁਲ 20000 ਜਿਹੜਾ ਇੱਕ ਟਰੈਡੀਸ਼ਨ ਨੰਬਰ ਹੈ ਸਰਕਾਰ ਨੇ ਵਾਅਦਾ ਕੀਤਾ ਸੀ ਇਲੈਕਸ਼ਨਾਂ ਦੇ ਟਾਈਮ ਅਸੀਂ ਡਬਲ ਕਰਾਂਗੇ ਔਰ ਉਹ ਨੰਬਰ ਪਿਛਲੇ ਸਾਲ ਵੀ ਸਰਕਾਰ ਨੇ ਪਿਕ ਕੀਤਾ ਸੀ ਈਵਨ ਦੋ ਡਿਫਰੈਂਟ ਡਰਾਸ ਦੇ ਵਿੱਚ ਉਹ ਐਪਲੀਕੇਸ਼ਨਾਂ ਲਈਆਂ ਗਈਆਂ ਸੀ ਅ ਐਟ ਦ ਸੇਮ ਟਾਈਮ ਜਿਹੜੀ ਉਹ ਡਰਾਅ ਅਫੇਅਰ ਨਿਕਲੇਗਾ ਬਟ ਪ੍ਰੋਬਲਮ ਹੈ ਕਿ ਬਾਈ ਜੀ ਨੰਬਰ ਜਿਹੜਾ 20000 ਹੈ ਉਹ ਉਹ ਤੁਹਾਡੇ ਜਿਹੜੇ ਚਾਂਸਸ ਨੇ ਉਹ ਹਰ ਸਾਲ ਕੱਟ ਰਹੇ ਨੇ ਸਿਲੈਕਸ਼ਨ ਦੇ ਰੀਜ਼ਨ ਬੀਇੰਗ ਹਰ ਸਾਲ ਜੇ 4 ਲੱਖ ਵਿਅਕਤੀ ਇਮੀਗ੍ਰੇਸ਼ਨ ਹਾਸਲ ਕਰ ਰਹੇ ਨੇ ਉਹਨਾਂ 4 ਲੱਖ ਵਿਅਕਤੀਆਂ ਜੋ ਬਹੁਤ بڑا ਨੰਬਰ ਹੈ ਜਿਹੜੇ ਆਪਣੇ ਪੇਰੈਂਟਸ ਨੂੰ ਰੀਯੂਨਾਈਟ ਕਰਨਾ ਚਾਹੁੰਦੇ ਨੇ ਇਕੱਠੇ ਹੋਣਾ ਚਾਹੁੰਦੇ ਨੇ ਜੇ ਪੂਲ ਇੰਨਾ ਕੰਪੈਰੀਟਿਵ ਹੋਊਗਾ ਤੋ ਹੋ ਸਕਦਾ ਮੈਜੋਰਟੀ ਆਫ ਲੋਕਾਂ ਦੇ ਹੱਥ ਨਿਰਾਸ਼ਾ ਆਵੇ। ਹਮਮ ਸੈਕੰਡ ਰਸਤਾ ਸਰਕਾਰ ਨੇ ਦਿੱਤਾ ਵੀ ਜੇ ਤੁਹਾਡੇ ਐਕਸੈਪਸ਼ਨਲ ਸਰਕਮਸਟੈਂਸਸ ਨੇ ਤਾਂ ਤੁਸੀਂ ਇੱਕ ਸੈਕੰਡ ਐਂਟਰੀ ਇੱਕ ਦੂਸਰਾ ਦਰਵਾਜ਼ਾ ਦਿੱਤਾ ਜਿਹਦੇ ਵਿੱਚ ਤੁਸੀਂ ਅਪਲੀਕੇਸ਼ਨ ਲਾਟਰੀ ਸਿਸਟਮ ਦੇ ਰਾਹੀਂ ਨਹੀਂ ਬਟ ਤੁਸੀਂ ਇੰਡੀਪੈਂਡੈਂਟਲੀ ਆਪਣੀ ਅਪਲੀਕੇਸ਼ਨ ਦਾਇਰ ਕਰੋ ਜਿਹਦੇ ਵਿੱਚ ਮਿਨਿਸਟਰ ਡੈਲੀਗੇਟਿਵ ਫੈਸਲਾ ਕਰੂ ਵੀ ਤੁਹਾਡੀ ਅਪਲੀਕੇਸ਼ਨ ਚ ਐਕਸੈਪਸ਼ਨਲ ਸਰਕਮਸਟੈਂਸਸ ਹੈਗੇ ਜਾਂ ਨਹੀਂ ਹੈਗੇ। ਜਿਵੇਂ ਕਿ ਪੇਰੈਂਟਸ ਨੂੰ ਟੇਕ ਕੇਅਰ ਕਰਨ ਵਾਲਾ ਕੋਈ ਨਹੀਂ ਰਿਹਾ ਏਜ ਫੈਕਟਰ ਹੈ ਤੁਹਾਡੇ ਕਲਚਰ ਆਪਣੇ ਨੋਰਮਸ ਨੇ ਜਿੱਥੇ ਪੇਰੈਂਟਸ ਇਕੱਠੇ ਰਹਿੰਦੇ ਨੇ ਕੋ ਕਰ ਦੇ ਵਿੱਚ ਰਹਿੰਦੇ ਨੇ ਇਸ ਤੋਂ ਇਲਾਵਾ ਬੈਸਟ ਇਨ ਟਰਮਸ ਆਫ ਦਾ ਚਾਈਲਡ ਹੈ ਇਸ ਤੋਂ ਇਲਾਵਾ ਇਹ ਦੇਖਿਆ ਜਾਂਦਾ ਹੈ ਹਾਰਡਸ਼ਿਪਸ ਕਿੰਨੀਆਂ ਹਨ ਇਹਦਾ ਕੋਈ ਆਲਟਰਨੇਟ ਅਰੇਂਜਮੈਂਟ ਹੋ ਸਕਦਾ ਹੈ ਹਾਰਡਸ਼ਿਪਸ ਨੂੰ ਰਲੀਵिएट ਕੀਤਾ ਜਾ ਸਕਦਾ ਸੋ ਇਹ ਸਾਰੀਆਂ ਐਨਾਲਿਸਿਸ ਕੇਸ ਬਾਈ ਕੇਸ ਬੇਸਿਸ ਨੇ ਕੋਈ ਸੈਟ ਕ੍ਰਾਈਟੇਰੀਆ ਨਹੀਂ ਹੈ ਸੋ ਜੇ ਜੇ ਮਿਨਿਸਟਰ ਡੈਲੀਗੇਟ ਨੂੰ ਲੱਗਦਾ ਵੀ ਯਸ ਤੁਹਾਡੇ ਇਹ ਐਕਸੈਪਸ਼ਨ ਸਰਕਮਸਟੈਂਸਸ ਬਣਦੇ ਨੇ ਤਾਂ ਤੁਹਾਨੂੰ ਇਮੀਗ੍ਰੇਸ਼ਨ ਜਿਹੜੀ ਉਹ ਗ੍ਰਾਂਟ ਕਰ ਦਰਗੇ ਪੇਰੈਂਟਸ ਨੂੰ ਅਡਵਾਈਸ ਉਹ ਫੇਰ ਤੁਹਾਨੂੰ ਕੋਈ ਚੁਆਇਸ ਨਹੀਂ ਰਹੇਗੀ ਉਹ ਲੋਟਰੀ ਦੇ ਵਿੱਚ ਤੁਹਾਨੂੰ ਫੇਰ ਪੂਲ ਦੇ ਵਿੱਚ ਉਤਰਨਾ ਪੈਗਾ ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਜਿੱਥੇ ਲੱਖਾਂ ਦੇ ਵਿੱਚ ਹਰ ਸਾਲ ਐਪਲੀਕੇਸ਼ਨ ਇਸ ਕੈਟਾਗਰੀ ਦੇ ਵਿੱਚ ਐਡ ਹੁੰਦੀਆਂ ਉੱਤੇ ਹਜ਼ਾਰਾਂ ਦੇ ਡਰਾਸ ਦੇ ਨਾਲ ਕਿੰਨਾ ਕੁ ਫਰਕ ਪਈਗਾ ਸ਼ੇਰੇ ਪੰਜਾਬ ਰੇਡੀਓ ਵਾਸਤੇ ਸਹਰਾਬ ਸੰਦੂ ਦੀ ਇਹ ਰਿਪੋਰਟ